कथा बखानो जी, अब मैं अपनी कथा बखानो जी, अब मैं अपनी अब मैं अपनी कथा बखानो, तप साधत जह बिद मोहे आनो। हेमकुंट पर्वत है जहां, सप्त श्रृंग सोबत है तहां। कथा बखानो जी, अब मैं अपनी कथा बखानो जी, अब मैं अपनी कथा बखानो जी, अब मैं अपनी सप्त श्रृंग तह नाम कहावा, पांडिराज जह जोग कमावा। तह मयदक तपस्या सादी, महाकाल काल काया राती। कथा बखानो जी, अब मैं अपनी 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 इबिद करत तपस्या पैयो, द्वायते एक रूप होए गयो। तात मात मोरिया लिखिया रादा, बहुविद जोग साधना सादा। कथा बखानो जी, अब मैं अपनी 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 तिन जो करी अलख की सेवा, ताते पै पर सन गुरदेवा। तिन प्रभ जब आइस मोह दिया, तब हम जन्म कलू में लिया। कथा बखानो जी, अब मैं अपनी कथा बखानो जी, अब मैं अपनी
कथा बखानो जी, अब मैं अपनी कथा बखानो जी, अब मैं अपनी। जितना भयो हमरो आवन के, चुभी रही सुरत प्रभ चरणन में। ज्यों त्यों प्रभ हमको समझायो, इम कह के ए लोग बठायो। कथा बखानो जी, अब मैं अपनी। 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 अब मैं अपनी कथा बखानो, तप साधत जह बिद मोहे आनो। हेमकुंट पर्वत है जहां, सप्त श्रृंग सोमत है तहां। कथा बखानो जी, अब मैं अपनी। 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 अब मैं अपनी कथा बखानो, जेड़ियां संगतां श्री हेमकुंट साहब जी के दर्शन करन जांदियां ने, उस राह ते तुरियां गुरु गोविंद सिंह महाराज जी के प्यार दियां झलकां पैंदियां ने, क्योंकि निरंकार कण कण दे विच वसदा है। फिर वो स्थान जिथे बह के गुरु गोविंद सिंह महाराज जी ने घोर तपस्या की, वो रस्ते जिथों संगतां एक एक कदम ते एक एक साह दे नाल बाणी पढ़दियां जांदियां ने, जिन्हां पहाड़ियां दे विचों गुरु गोविंद सिंह महाराज जी दे जयकारियां दियां गूंजां उठदियां ने। उस राह ते तुरियां गुरु गोविंद सिंह महाराज जी दे दर्शनां दी झलक पैणी, सतगुरां दे प्यार दी झलक पैणी, कोई अत कथनी नहीं है। सतसंगियो, डॉक्टर तारा सिंह जी नरोत्तम जदों उन्हां ने विचित्र नाटक दे विच्चों गुरु गोविंद सिंह महाराज जी दे आ बचन पढ़े, अब मैं अपनी कथा बखानू, तप साधत जह बिद गुहयानू, हेम कुंट पर्वत है जहां। ऐ महाराज, वो केड़ा स्थान होवेगा जिथे बैठ के तुसा पूर्वले जन्म विच घोर तपस्या कीती, ते डॉक्टर तारा सिंह जी नरोत्तम बहुत खोज तो बाद उन्होंने ये स्थान लभ्या, जिन्हां दे दर्शन करके अज असी सारे अपना जीवन सफला करदे हां। उन्हां दियां लिखियां हुईयां पुस्तकां विचों दास
ਅੱਜ ਆਪ ਸੰਗਤਾਂ ਨੂੰ ਸ੍ਰੀ ਹੇਮਕੁੰਡ ਸਾਹਿਬ ਦੀ ਮਹਿਮਾ ਸੁਣਾ ਰਿਹਾ ਹੈ। 1952 ਦੇ ਵਿੱਚ ਇੱਕ ਮਾਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਈ ਹੈ। ਉਦੋਂ ਰਸਤਾ ਵੀ ਕੋਈ ਇੰਨਾ ਚੰਗਾ ਨਹੀਂ ਸੀ ਹੁੰਦਾ, ਟੋਏ ਟਿੱਬੇ, ਬਿਖੜਾ ਪੈਂਡਾ, ਜੰਗਲਾਂ ਤੇ ਪਹਾੜਾਂ ਦਾ ਰਸਤਾ ਪਾਰ ਕਰਦੀ ਹੋਈ ਇਹ ਮਾਤਾ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਤਪ ਅਸਥਾਨ ਦੇ ਨਜ਼ਦੀਕ ਪਹੁੰਚ ਗਈ ਹੈ। ਇੱਕ ਮੀਲ ਦਾ ਪੈਂਡਾ ਬਾਕੀ ਹੈ। ਮਾਤਾ ਆਖਣ ਲੱਗੀ, ਬੱਚਿਓ ਮੈਂ ਬਹੁਤ ਥੱਕ ਗਈ ਹਾਂ, ਮੈਂ ਹੁਣ ਹੋਰ ਟੁਰ ਨਹੀਂ ਸਕਦੀ। ਆਖਣ ਲੱਗੇ, ਮਾਂ ਤੂੰ ਸਾਡੇ ਮੋਢਿਆਂ ਤੇ ਹੱਥ ਰੱਖ, ਅਸੀਂ ਤੈਨੂੰ ਲੈ ਜਾਵਾਂਗੇ। ਮਮਤਾ ਦੀਆਂ ਨਜ਼ਰਾਂ ਨਾਲ ਮਾਂ ਬੱਚਿਆਂ ਵੱਲ ਤੱਕਦੀ, ਪੁੱਤਰ ਤੁਹਾਡੇ ਚਿਹਰਿਆਂ ਤੋਂ ਵੀ ਲੱਗਦਾ ਏ ਤੁਸੀਂ ਵੀ ਥੱਕ ਗਏ ਹੋ, ਮੇਰਾ ਭਾਰ ਕਿੱਥੇ ਖਿੱਚੋਗੇ। ਇਹ ਲਓ ਪ੍ਰਸ਼ਾਦ, ਸਤਿਗੁਰਾਂ ਦੇ ਅਸਥਾਨ ਤੇ ਜਾ ਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਨਮਸਕਾਰ ਕਰਨੀ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲਾ ਹੁੰਦਾ ਏ, ਕਹਿ ਦੇਣਾ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਪਰ ਉਹਦੇ ਭਾਗਾਂ ਵਿੱਚ ਨਹੀਂ। ਇਹਨੀ ਗੱਲ ਆਖ ਕੇ ਅੱਖਾਂ ਭਰ ਲੈਂਦੀ ਹੈ। ਕਹਿ ਦੇਣਾ ਮਹਾਰਾਜ ਨੂੰ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਉਹਦੇ ਭਾਗਾਂ ਵਿੱਚ ਨਹੀਂ। ਮੈਂ ਤੁਹਾਡੀ ਇੱਥੇ ਉਡੀਕ ਕਰਾਂਗੀ। ਦੋਨੋਂ ਪੁੱਤਰ ਪ੍ਰਸ਼ਾਦ ਲੈ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਉੱਚੀ ਪਹਾੜੀ ਵੱਲ ਨੂੰ ਟੁਰ ਪੈਂਦੇ ਨੇ। ਮਾਤਾ ਪਹਿਲਾਂ ਜੁਪਜੀ ਸਾਹਿਬ ਦਾ ਪਾਠ ਕੀਤਾ, ਫਿਰ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅੰਦਰੋਂ ਇੱਕ ਪਿਆਰ ਦਾ ਉਬਾਲ ਜਿਹਾ ਉੱਠਿਆ ਏ ਤੇ ਇਹ ਕਲਗੀਆਂ ਵਾਲਿਆ, ਮੈਂ ਤੇਰੇ ਅਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੀ ਮਰ ਜਾਵਾਂਗੀ। ਜੇ ਐਡੀ ਦੂਰ ਐਡਾ ਬਿਖੜਾ ਪੈਂਡਾ ਲੈ ਆਇਆ ਏ ਤੇ ਕਰ ਕਿਰਪਾ, ਤੇਰੇ ਅਸਥਾਨ ਦੇ ਦਰਸ਼ਨ ਹੋ ਜਾ। ਪਿਆਰ ਵਿੱਚ ਭਿੱਜ ਕੇ ਤਰਲਾ ਕਰਦੀ ਹੈ, ਕੀ ਸੁਣਦੀ ਹੈ? ਆਓ ਪਹਾੜੀਆਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਆਵਾਜ਼ ਆ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਕੋਈ ਹੋਰ ਯਾਤਰੂ ਆ ਰਹੇ ਹੋਣ। ਮਾਤਾ ਸੋਚਦੀ ਹੈ ਇੰਜ ਲੱਗਦਾ ਹੈ, ਪਰ ਨਹੀਂ ਬਈ, ਇਹ ਤੇ ਗੁਰੂ ਤੁੱਠੇ ਦੀ ਨਿਸ਼ਾਨੀ ਹੈ। ਕੀ ਤੱਕਦੀ? ਇੱਕ ਘੋੜ ਸਵਾਰ ਘੋੜੇ ਤੋਂ ਉਤਰ ਕੇ ਖਲੋਤਾ ਹੈ। ਮਾਂ ਤੂੰ ਥੱਕ ਗਈ? ਤੇਰੇ ਚਿਹਰੇ ਤੋਂ ਲੱਗਦਾ ਏ ਸਰੀਰ ਤੇਰਾ ਥੱਕ ਗਿਆ ਏ, ਭਾਵਨਾ ਨਹੀਂ ਥੱਕੀ। ਬੈਠ ਘੋੜੇ ਤੇ, ਮੈਂ ਤੈਨੂੰ ਲੈ ਜਾਂਦਾ ਹਾਂ। ਬਾਬਾ ਈਸਰ ਸਿੰਘ ਦੀ ਵਚਨ ਕਰਦੇ ਸਨ ਕਈ ਵਾਰ, ਗੁਰੂ ਸਿੱਖਾਂ ਦੀ ਰਸਨਾ ਤੋਂ ਬੋਲਦਾ ਹੈ ਤੇ ਸਾਡੀਆਂ ਅੱਖਾਂ ਪਹਿਚਾਣਦੀਆਂ ਨਹੀਂ। ਉਹ ਪਵਿੱਤਰ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਜਦੋਂ ਜਾ ਕੇ ਮਾਤਾ ਨੇ ਨਮਸਕਾਰ ਕੀਤੀ ਤੇ ਪੁੱਤਰ ਵੀ ਇੱਥੇ ਬੈਠੇ ਨੇ, ਦੇਖ ਕੇ ਹੈਰਾਨ ਹੋਏ, ਮਾਂ ਤੂੰ ਕਿਵੇਂ ਆ ਗਈ ਹੈ, ਕਿਵੇਂ ਪਹੁੰਚ ਗਈ? ਆਖਣ ਲੱਗੀ, ਪੁੱਤਰ ਇਹ ਤੇ ਮੈਨੂੰ ਵੀ ਨਹੀਂ ਪਤਾ ਮੈਂ ਕਿਵੇਂ ਪਹੁੰਚ ਗਈ। ਸੋ ਸਤਸੰਗੀਓ, ਇਹ ਸ਼ਰਧਾ ਤੇ ਭਾਵਨਾ ਦੀਆਂ ਗੱਲਾਂ ਨੇ। ਜੇ ਸਾਡੇ ਮਨ ਵਿੱਚ ਪਿਆਰ ਹੈ,
ਸਾਡੇ ਮਨ ਦੇ ਵਿੱਚ ਸ਼ਰਧਾ ਹੈ ਤੇ ਗੁਰੂ ਆਪ ਟੁੱਟ ਪੈਂਦਾ ਏ, ਗੁਰੂ ਆਪ ਦਿਆਲ ਹੋ ਜਾਂਦਾ ਏ।